20 फरवरी ਨੂੰ ਪੰਜਾਬ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਪੁਲਿਸ ਵੱਲੋਂ ਸਰਹੱਦੀ ਪਿੰਡਾਂ ਅੰਦਰ ਤਲਾਸ਼ੀ ਮੁਹਿੰਮ ਚਲਾਈ ਗਈ। ਪੰਜਾਬ ਪੁਲਿਸ ਦੀ ਅਗਵਾਈ ਕਰ ਰਹੇ DSP ਪਿੱਖੀਵਿੰਡ ਤਰਸੇਮ ਸੀ ਅਤੇ SHO ਖਾਲੜਾ ਕਮਲਜੀਤ ਰਾਏ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ SSP ਤਰਨਤਾਰਨ ਦੇ ਹੁਕਮਾਂ ਅਨੁਸਾਰ UBDC ਨਹਿਰ ਤੋਂ ਪਾਰਲੇ ਪਿੰਡ ਜਿਨ੍ਹਾਂ ਵਿੱਚ ਥੇ ਕੱਲਾ ਗੈਲਪਾਨ ਆਉਂਦੇ ਹਨ ਉਹਨਾਂ ਦੇ ਘਰਾਂ ਦੀ ਬਰੀਕੀ ਨਾਲ ਤਲਾਸ਼ੀ ਲਈ ਗਈ। ਉਹਨਾਂ ਦਾ ਕਹਿਣਾ ਹੈ ਕਿ ਪੈ ਰਹੀ ਸੰਘਣੀ ਧੁੰਦ ਦਾ ਫਾਇਦਾ ਉਠਾਉਂਦਿਆਂ ਗੁਆਂਢੀ ਮੁਲਕ ਕੋਈ ਮਾੜੀ ਹਰਕਤ ਨਾ ਕਰੇ, ਇਸ ਲਈ ਸਰਹੱਦੀ ਏਰੀਏ ਤੇ ਬਾਜ ਅੱਖ ਰੱਖੀ ਜਾ ਰਹੀ ਹੈ। ਸਰਚ ਆਪਰੇਸ਼ਨ ਇੱਕ ਤਾਂ ਇਲੈਕਸ਼ਨਾਂ ਨੂੰ ਮੁੱਖ ਰੱਖਦੇ ਆ, ਉਹਨਾਂ ਦੇ ਕਰਕੇ ਇੱਕ ਬਾਰਡਰ ਏਰੀਏ ਦੇ ਕਰਕੇ ਸਾਡੇ ਪਿੰਡ ਦੇ ਨਾਲ ਬਾਰਡਰ ਡਿਫੈਂਸ ਤੋਂ ਅਗਲੇ ਪਾਸੇ ਕੋ 2 ਕਿਲੋਮੀਟਰ ਕੋ 5 ਕਿਲੋਮੀਟਰ ਇਹਨਾਂ ਨੂੰ ਫਿਰ ਸਰਚ ਆਪਰੇਸ਼ਨ ਤਾਂ ਕਰਾਈਦਾ ਕੋਈ ਸ਼ੱਕੀ ਕੋਈ ਬੰਦਾ ਕੋਈ ਦੂਜਾ ਤੇ ਜਾਂ ਕੋਈ ਡਰੋਨ ਐਕਟੀਵਿਟੀ ਇਹ ਨਾ ਹੋ ਸਕੇ। ਇਸ ਸੰਬੰਧ 'ਚ ਆਪਾਂ ਇਹਨਾਂ ਦੀ ਸਰਚ ਕਰਾ ਰਹੇ ਸਾਰੇ ਪਿੰਡਾਂ ਦੀ 5 ਕਿਲੋਮੀਟਰ 2 ਕਿਲੋਮੀਟਰ ਏਰੀਏ ਦੇ ਸੰਬੰਧ 'ਚ। ਸਰ ਕੋਈ ਬਰਾਮਦਗੀ ਹੋਈ? ਨਾ, ਬਰਾਮਦੀ ਤਾਂ ਕੋਈ ਨਹੀਂ, ਜੇ ਹੋਊਗੀ ਤਾਂ ਤੁਹਾਡੇ ਸਾਹਮਣੇ ਹੋਊਗੀ। ਕਿਹੜੇ ਕਿਹੜੇ ਪਿੰਡ ਸਰ ਸਰਚ? ਗਿਲਪਨ ਅਤੇ ਇੱਕ ਆਪਣਾ ਥੇਕਲੇ, ਇਹ ਪਿੰਡਾਂ ਦੀ ਦੋਵਾਂ ਦੀ ਸਰਚ ਕੀਤੀ ਆ। ਇਹ ਡਿਫੈਂਸ ਤੋਂ ਅਗਲੇ ਪਾਸੇ ਆ। ਇਕੱਲੀ ਪੰਜਾਬ ਪੁਲਿਸ ਵੱਲੋਂ ਹੀ ਕਰਾਈ ਜਾ ਰਹੀ ਕਿ ਆਪਣੇ ਹੋਰ ਕੋਈ ਮਹਿਕਮਾ ਨਾਲ ਜੀ? ਪੰਜਾਬ ਪੁਲਿਸ ਜਾਂ ਕੋਈ ਸਾਡੀਆਂ ਆਈਆਂ ਕੰਪਨੀਆਂ ਆਈਆਂ ਉਹਨਾਂ ਨੂੰ ਨਾਲ ਲੈ ਕੇ ਸਰਚ ਕਰਾ ਰਹੇ। SSP ਸਾਹਿਬ ਦੇ ਹੁਕਮਾਂ ਮੁਤਾਬਕ, DSP ਭਿੱਖੀਵਿੰਡ ਦੇ ਹੁਕਮਾਂ ਮੁਤਾਬਕ ਥੇ ਕਲਾਂ ਅਤੇ ਗਿਲਪਾਣਾ ਦੇ ਜਿਹੜੇ ਹੈਗੇ ਉਹਨਾਂ ਦੀ ਜਿੰਨੀਆਂ ਬਾਈਕਾਂ ਪਿੰਡ ਦੇ ਜਿਹੜੇ ਘਰ ਆ ਉਹਨਾਂ ਦੀ ਸਾਰੇ ਸਰਚ ਕੀਤੀ ਗਈ। ਅਤੇ ਕੋਈ ਸਰ ਬਰਾਮਦੀ ਵੀ ਹੋਈ ਜੀ? ਨਹੀਂ, ਬਰਾਮਦੀ ਕੋਈ ਨਹੀਂ ਹੋਈ ਜੀ। ਬਸ ਸਰਚ ਕੀਤੀ ਹੈ ਜੀ, ਕੋਈ ਮਤਲਬ ਸ਼ੱਕੀ ਵਿਅਕਤੀ ਆਉਂਦਾ ਜਾਂਦਾ ਉਹਨਾਂ ਦੀ, ਕੋਈ ਗੱਡੀਆਂ ਵਗੈਰਾ ਜਿਹੜੇ ਰਸਤੇ 'ਚ ਉਹਨਾਂ ਦੀ ਕੀਤੀ ਸਰਚ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।